ਜਰੂਰ ਟਟੋਲਿਆ ਫਰਾਗ ਕੇ ਜਲੰਧਰ ਦੇ ਵਿੱਚ ਡਾਕਟਰ ਦਾ ਵਿਆਹ ਇੱਕ ਸਿਆਸੀ ਬੰਦੇ ਨਾਲ ਉਹ ਵੀ ਸੂਬੇ ਦੇ ਮੁੱਖ ਮੰਤਰੀ ਨਾਲ ਹੋ ਗਿਆ ਤੇ ਇੱਕ ਪਾਸੇ ਏਸੀ ਸੀ ਦੂਜੇ ਪਾਸੇ ਵੇਲੋ ਰੈਲੀਆਂ ਚ ਲਈ ਫਿਰਦੇ ਤੁਹਾਨੂੰ ਧੁੱਪੇ ਗਰਮੀ ਚ ਬਹੁਤ ਮਸਲੇ ਹੁੰਦੇ ਨੇ ਜੋ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਘਰ ਆ ਕੇ ਕਹਿੰਦੇ ਵੀ ਆ ਕਿ ਆ ਪਹਿਲ ਦੇ ਆਧਾਰ ਤੇ ਇਹ ਜਿਵੇਂ ਆਪਣਾ ਵਾਦਾ ਵੀ ਸੀਗਾ ਕਿ 1000 ਰੁਪਏ ਦਿੱਤਾ ਜਾਵੇ ਉਹ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਆ ਕਿ ਅੱਛਾ 1000 ਵਾਲੀ ਚੁੰਡੀ ਵਾਢਾਟੇ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਮੈਂ ਤਾਂ ਰੋਜ਼ ਹੀ ਕਹਿੰਦੀ ਆ ਜੀ ਅਜੇ ਸਿਆਸੀ ਵਾਅਦੇ ਤਾਂ ਤੋਂ ਲੱਗਦਾ ਕਿ ਪੂਰੇ ਕਰ ਰਹੇ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੇ ਨੇ ਉਹਦੇ ਨਾਲ ਕੀਤੇ ਵਾਅਦੇ ਪੂਰੇ ਕਰ ਰਹੇ ਨੇ ਜਲੰਧਰ ਦੀ ਉਪਚੋਣ ਇਸ ਵਾਰ ਬਿਹਤਰ ਦਿਲਚਸਪ ਹੈ ਦਿਲਚਸਪ ਇਸ ਲਈ ਕਿ ਸਾਰੀਆਂ ਧਿਰਾਂ ਇਸ ਸੀਟ ਨੂੰ ਜਿੱਤਣ ਦੇ ਲਈ ਪੂਰੀ ਵਾਹ ਲ ਆ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਪਰਿਵਾਰ ਸਮੇਤ ਮੋਰਚਾ ਲਾ ਦਿੱਤਾ ਤੇ ਪਰਿਵਾਰ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦੇ ਧਰਮ ਪਤਨੀ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਜਲੰਧਰ ਦੀ ਤਾਂ ਮਿਸਿਸ ਸੀਐਮ ਯਾਨੀ ਮੁੱਖ ਮੰਤਰੀ ਭਗਵਤ ਸਿੰਘ ਮਾਨ ਹਰਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੋਣੀ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਪੰਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਘਰ ਆਇਆਂ ਦਾ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਕਾ ਅੱਛਾ ਪੰਜੀ ਮੈਂ ਤਾਂ ਤੁਸੀਂ ਡਾਕਟਰ ਹੋ ਤਾਂ ਡਾਕਟਰ ਕਹਿੰਦੇ ਵੀ ਜਦੋਂ ਕੋਈ ਮਰੀਜ਼ ਉਹਦੇ ਕੋਲ ਆਉਂਦਾ ਨਾ ਤਾਂ ਉਹਦੀ ਨਬਜ਼ ਥੋੜੀ ਚੈੱਕ ਕਰਕੇ ਟਟੋਲ ਕੇ ਜਿ� ਲਾ ਲੈਂਦਾ ਹਸਤਾਬ ਵੀ ਇਹਨਾਂ ਬਿਮਾਰੀ ਕੀ ਹੈ ਤੇ ਇਹਦਾ ਇਲਾਜ ਕੀ ਕਰਨਾ ਹੈ ਇਹ ਸਿਆਸਤ ਹੈ ਸਿਆਸਤ ਦੇ ਵਿੱਚ ਹੁਣ ਇਸ ਸਿਆਸੀ ਨਬਜ਼ ਨੂੰ ਟਟੋਲਿਆ ਫਰਾ ਕੇ ਜਲੰਧਰ ਦੇ ਵਿੱਚ ਕੀ ਲੱਗਿਆ ਵੀ ਜਲੰਧਰ ਵਾਲਿਆਂ ਦੀ ਨਬਜ਼ ਕੀ ਕਹਿੰਦੀ ਹੈ ਤੇ ਕੀ ਕਰਨ ਦੀ ਲੋੜ ਹੈ ਦੇਖੋ ਜੀ ਜਲੰਧਰ ਵਾਲੇ ਜੱਦੇ ਵੀ ਅਸੀਂ ਆਏ ਆ ਬਹੁਤ ਪਿਆਰ ਦੇ ਰਹੇ ਨੇ ਉਹਨਾਂ ਦਾ ਪਿਆਰ ਨਾਲ ਸਾਡਾ ਹੌਸਲਾ ਵੀ ਬਹੁਤ ਵੱਧਾ ਸਾਡਾ ਦਿਲ ਕਰਦਾ ਕਿ ਵੱਧ ਤੋਂ ਵੱਧ ਲੋਕਾਂ ਵਿੱਚ ਵਿਚਰਿਏ ਪਹਿਲਾਂ ਧੂਰੀ ਦੀ ਡਿਊਟੀ ਲੱਗੀ ਹੋਈ ਸੀ ਮੇਰੀ ਉਹ ਵੀ ਜਿੰਨੀ ਹੋ ਸਕਦੀ ਮੈਥੋਂ ਮੈਂ ਨਹੀਂ ਕਹਿੰਦੀ 100% ਪਰ ਜਿੰਨੀ ਮੇਰੇ ਤੋਂ ਹੋ ਸਕੇ ਮੈਂ ਨਭਾਈ ਆ ਪਰ ਹੁਣ ਜਲੰਧਰ ਦੀ ਡਿਊਟੀ ਲੱਗੀ ਆ ਤਾਂ ਹੁਣ ਇਹ ਵੀ ਤੰਦ ਹੀ ਨਾਲ ਤੇ ਹੌਸਲੇ ਨਾਲ ਲਪਾਵਾਂਗੇ ਤੇ ਲੋਕਾਂ ਦਾ ਰੁਝਾਨ ਬਹੁਤ ਪੋਜ਼ਿਟਿਵ ਹੈ ਤੇ ਬਾਕੀ ਮਿਹਨਤ ਕਰ ਰਹੇ ਹਾਂ ਤੇ ਪਰਮਾਤਮਾ ਦਾ ਜੋ ਮਨਜ਼ੂਰ ਹੋਊਗਾ ਪਰਮਾਤਮਾ ਨੂੰ ਉਹ ਫਲ ਜਿਵੇਂ ਵੀ ਪਰਮਾਤਮਾ ਚਾਹੇਗਾ ਉਹ ਸਾਨੂੰ ਮਨਜ਼ੂਰ ਹੋਗਾ ਅੱਛਾ ਜਦੋਂ ਤੁਸੀਂ ਪੜ੍ਹਾਈ ਕਰ ਰਹੇ ਸੀ ਤੁਸੀਂ ਡਾਕਟਰੀ ਦੀ ਪੜ੍ਹਾਈ ਜਦੋਂ ਬੰਦਾ ਕਰਦਾ ਨਾ ਤਾਂ ਉਹਦੇ ਜ਼ਿੰਦਗੀ ਵਿੱਚ ਬੜਾ ਕੁਝ ਹੁੰਦਾ ਹੈ ਹਨਾ ਕਿ ਇੱਕ ਡਾਕਟਰ ਵਿਸ਼ੇਸ਼ ਪੇਸ਼ਾ ਬਹੁਤ ਉਹ ਵੀ ਜਿਹੜਾ ਕੋਈ ਆਸਾਨ ਨਹੀਂ ਹੈ ਪਰ ਕਿਤਨੇ ਕਿਤੇ ਅਸੀਂ ਜਿੱਥੇ ਬੈਠ ਕੇ ਕੰਮ ਕਰਨਾ ਹੁੰਦਾ ਹੈ ਤੇ ਇੱਕ ਡਾਕਟਰ ਦੀ ਜਦੋਂ ਦਾ ਡਾਕਟਰ ਦਾ ਵਿਆਹ ਇੱਕ ਸਿਆਸੀ ਬੰਦੇ ਨਾਲ ਉਹ ਵੀ ਸੂਬੇ ਦੇ ਮੁੱਖ ਮੰਤਰੀ ਨਾਲ ਹੋ ਗਿਆ ਤੇ ਇੱਕ ਪਾਸੇ ਏਸੀ ਸੀ ਦੂਜੇ ਪਾਸੇ ਵੇਲੋ ਰੈਲੀਆਂ ਚ ਲਈ ਫਿਰਦੇ ਹੋ ਤੁਹਾਨੂੰ ਧੁੱਪੇ ਗਰਮੀ 'ਚ ਨਹੀਂ ਦੇਖੋ ਅਸੀਂ ਆਮ ਪਰਿਵਾਰਾਂ ਤੋਂ ਆ ਹਮੇਸ਼ਾ ਏਸੀ ਦੀ ਫੈਸਿਲਿਟੀ ਵੀ ਨਹੀਂ ਮਿਲਦੀ ਰਹੀ ਬਚਪਨ ਤਾਂ ਮੈਨੂੰ ਲੱਗਦਾ ਗਰਮੀ 'ਚ ਹੀ ਬੀਤੇ ਏਸੀ ਤਾਂ ਬਹੁਤ ਬਾਅਦ 'ਚ ਦੇਖੇ ਨੇ ਆਮ ਘਰਾਂ 'ਚ ਤਾਂ ਇਹੀ ਮਾਹੌਲ ਸੀਗਾ ਜੇ ਏਸੀ ਵੀ ਆਏ ਆ ਮੈਨੂੰ ਲੱਗਦਾ ਇੱਕ ਹੀ ਏਸੀ ਹੁੰਦਾ ਸੀ ਤੇ ਸਾਰਾ ਪਰਿਵਾਰ ਉਸੇ ਕਮਰੇ 'ਚ ਹੁੰਦਾ ਸੀ ਇਹੋ ਜਿਹਾ ਮਾਹੌਲ ਵੀ ਦੇਖੇ ਹੋਏ ਆ ਤੇ ਗਰਮੀ ਮੈਨੂੰ ਲੱਗਦਾ ਹੈ ਕਿ ਜਦੋਂ ਲੋਕ ਇੰਨੀ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰਦੇ ਹੁੰਦੇ ਆ ਤਾਂ ਗਰਮੀ ਲੱਗਦੀ ਹੀ ਨਹੀਂ ਸੱਚੀ ਜਾਣਿਆ ਦਿਲ ਕਰਦਾ ਹੈ ਕਿ ਵੱਧ ਤੋਂ ਵੱਧ ਲੋਕਾਂ ਚ ਜਾਈਏ ਮਿਲੀਏ ਕਿਉਂਕਿ ਅਸੀਂ ਤਾਂ ਜਾਣਦੇ ਆ ਜੀ ਅੱਧਾ ਘੰਟਾ ਘੰਟਾ ਲੱਗ ਜਾਂਦਾ ਪ੍ਰੋਗਰਾਮ ਤੇ ਲੋਕ ਘੰਟਾ ਘੰਟਾ ਪਹਿਲਾਂ ਵੇਟ ਵੀ ਕਰ ਰਹੇ ਹੁੰਦੇ ਆ ਸੋ ਜਦੋਂ ਉਹਨਾਂ ਦਾ ਸਬਰ ਦੇਖਦੇ ਆ ਤੇ ਮਨ 'ਚ ਹੌਸਲਾ ਹੁੰਦਾ ਕਿ ਹੋਰ ਵਧੀਏ ਹੋਰ ਕੰਮ ਕਰੀਏ ਅੱਛਾ ਬੇਸ਼ੱਕ ਤੁਸੀਂ ਚਲੋ ਜਦੋਂ ਸਿਆਸਤ ਦੇ ਵਿੱਚ ਆ ਗਏ ਹੈ ਨਾ ਜਦੋਂ ਘਰ ਵਾਲਾ ਮੁੱਖ ਮੰਤਰੀ ਹੋਵੇ ਤਫਰ ਸਿਆਸੀ ਤਾਂ ਬੰਨਣਾ ਪੈਂਦਾ ਸਿਆਸਤ ਦੇ ਵਿੱਚ ਆ ਗਏ ਤਾਂ ਉਹ ਸਿਆਸੀ ਢੰਡੀਆਂ ਦਾ ਪੇਚ ਬੇਸ਼ੱਕ ਉਸ ਲੈਵਲ ਦੇ ਨਾਲ ਤੁਸੀਂ ਹਲੇ ਸਿੱਖਿਓ ਪਰ ਮੁੱਖ ਮੰਤਰੀ ਸਾਹਿਬ ਥੋੜੀ ਮੁੱਦੇ ਢੰਡੀਆਂ ਦੇਖ ਕੇ ਤੋਰਦੇ ਹੋਣੇ ਆ ਵੀ ਭਾਈ ਆ ਸਿਆਸਤ ਦੇ ਦੋ ਚਾਰ ਗੁਰ ਨੇ ਇਹ ਜਰੂਰ ਪੱਲੇ ਬੰਨਣੇ ਆ ਤੇ ਲੱਗਦਾ ਕਿ ਉਹਨਾਂ ਦੇ ਨਾਲ ਤਾਲਮਿਲ ਕਰਕੇ ਕਿਸ ਲੈਵਲ ਤੇ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਨਾਲ ਜਿਹੜੀ ਹੈਗੀ ਆ ਸਾਝ ਲੋਕਾਂ ਨੂੰ ਬੇਸਿਕਲੀ ਤੁਹਾਨੂੰ ਨਾਲ ਜੋੜਨਾ ਕਨੈਕਟ ਉਹਨਾਂ ਨੂੰ ਆਪਣੇ ਨਾਲ ਕਰਨਾ ਤਾਂ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਗੁਰਾਂ ਦੇ ਨਾਲ ਉਹਨਾਂ ਤੱਕ ਪਹੁੰਚ ਰਹੇ ਹੋ ਮੈਨੂੰ ਸੀਮ ਸਾਹਿਬ ਇਹੀ ਗੱਲ ਕਹਿੰਦੇ ਹੁੰਦੇ ਆ ਕਿ ਸਿਆਸਤ ਕੋਈ ਸਿਖਾ ਨਹੀਂ ਸਕਦਾ ਇਹ ਤਾਂ ਬੰਦੇ ਨੂੰ ਆਪ ਹੀ ਸਿੱਖਣੀ ਪੈਂਦੀ ਹੈ ਸਭ ਤੋਂ ਵਧੀਆ ਸਿਆਸਤ ਸਿੱਖਣ ਦਾ ਇੱਕ ਹੀ ਜਰੀਆ ਕਿ ਤੁਸੀਂ ਲੋਕਾਂ 'ਚ ਵੱਢ ਜਾਓ ਜੀ ਜੇ ਤੁਸੀਂ ਲੋਕਾਂ 'ਚ ਹੋਵੋਗੇ ਲੋਕਾਂ ਦੇ ਕੰਮ ਕਰੋਗੇ ਤਾਂ ਸਿਆਸਤ ਆਪੇ ਆ ਜਾਊਗੀ ਬਾਕੀ ਮੇਰਾ ਕੋਈ ਸਿਆਸਤ ਸਿੱਖਣ ਦਾ ਸ਼ੌਂਕ ਵੀ ਹੈ ਨਹੀਂਗਾ ਮੇਰਾ ਸਿਰਫ ਸ਼ੌਂਕ ਇਹਨਾਂ ਹੈ ਕਿ ਲੋਕਾਂ ਦੇ ਜਿਹੜੇ ਛੋਟੇ-ਛੋਟੇ ਕੰਮ ਨੇ ਮੈਂ ਬਹੁਤ ਵੱਡੇ ਲੈਵਲ ਤੇ ਨਾ ਮੈਂ ਸਿਆਸੀ ਹੈਗੀ ਆ ਨਾ ਮੈਂ ਅੱਗ ਹੋਣਾ ਮੈਂ ਛੋਟੇ-ਛੋਟੇ ਲੈਵਲ ਦੇ ਜਿਹੜੇ ਲੋਕਾਂ ਦੇ ਦੁੱਖ-ਸੁੱਖ ਹੈ ਉਹਨਾਂ 'ਚ ਹਿੱਸਾ ਜਿੰਨਾ ਹੋ ਸਕਦਾ ਮੈਂ ਪਾਵਾਂ ਬਸ ਮੇਰਾ ਇਹੀ ਸ਼ੌਂਕ ਹੈ ਤੇ ਮੈਂ ਉਹਨੂੰ ਕੰਟੀਨਿਊ ਕਰ ਰਿਹਾ ਹਾਂ ਅੱਛਾ ਲੋਕ ਨਾ ਜੀ ਜਦੋਂ ਲੋਕਾਂ ਦੇ ਵਿੱਚ ਕੋਈ ਸਿਆਸੀ ਲੀਡਰ ਜਾਂਦਾ ਜਾਂ ਸਿਆਸੀ ਲੀਡਰ ਦਾ ਪਰਿਵਾਰ ਜਾਂਦਾ ਤੇ ਲੋਕਾਂ ਦੇ ਵਿੱਚ ਉਸ ਤੋਂ ਪਹਿਲਾਂ ਉਹ ਵੱਡੇ ਪਰਿਵਾਰ ਜਾਂਦੇ ਰਹੇ ਨੇ ਤੇ ਜਿਨ੍ਹਾਂ ਨੂੰ ਤਾਂ ਲੋਕ ਨੇੜੋਂ ਹੋ ਕੀ ਦੇਖਣ ਲੱਗੇ ਵੀ ਸੋਚਦੇ ਵੀ ਇਹ ਵੀ ਸਾਡੇ ਵਰਗੇ ਨੇ ਉਹਦੇ ਇਸ ਤਰ੍ਹਾਂ ਦੇ ਚਿਹਰੇ ਲੋਕਾਂ ਦੇ ਵਿੱਚ ਜਾਂਦੇ ਰਹੇ ਆ ਤੁਸੀਂ ਆਮ ਪਰਿਵਾਰ ਦੇ ਵਿੱਚੋਂ ਆ ਜਦੋਂ ਆਮ ਲੋਕਾਂ ਦੇ ਵਿੱਚ ਜਾਂਦੇ ਹੋ ਔਰ ਤੁਹਾਨੂੰ ਲੋਕਾਂ ਦੀ ਮੈਨੂੰ ਲੱਗਦਾ ਹੈ ਕਿ ਦਿਕਤਾ ਮੁਸ਼ਕਲਾਂ ਜਿਵੇਂ ਤੁਸੀਂ ਆਪ ਹੀ ਗੱਲ ਕੀਤੀ ਕਿ ਸਾਰਾ ਡਬਰੇ ਕੇਸੀ ਵਾਲੇ ਕਮਰੇ ਚ ਪੈਣ ਵਾਲੇ ਪਰਿਵਾਰ ਨੇ ਆਪਣੇ ਤੇ ਤੁਸੀਂ ਜਦ ਲੋਕਾਂ ਚ ਜਾਂਦੇ ਹੋ ਲੋਕ ਤੁਹਾਡੇ ਨਾਲ ਆਪਣੇ ਆਪ ਨੂੰ ਰਿਲੇਟ ਕਰਕੇ ਆਪਦੀਆਂ ਸਮੱਸਿਆਵਾਂ ਖੁੱਲ ਕੇ ਦੱਸਦੇ ਆ ਔਰ ਤੁਸੀਂ ਭਾਪ ਕੀ ਰਹੇ ਹੋ ਕਿ ਲੋਕ ਤੁਹਾਡੀ ਕਿਹੜੀ ਗੱਲ ਤੋਂ ਖੁਸ਼ ਨੇ ਤੇ ਕਿਹੜੀ ਗੱਲ ਤੋਂ ਕਿਤਨੇ ਕਿਤੇ ਹੈ ਵੀ ਨਾਰਾਜ਼ ਨੇ ਵੀ ਆ ਠੀਕ ਕਰਨ ਦੀ ਲੋੜ ਹੈ ਦੇਖੋ ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ ਨੇ ਪੰਜਾਬ ਲਈ ਤਨਦੇਹੀ ਨਾਲ ਲੱਗੇ ਹੋਏ ਨੇ ਇਮਾਨਦਾਰੀ ਨਾਲ ਲੱਗੇ ਹੋਏ ਨੇ ਲੋਕਾਂ ਨੂੰ ਇਹ ਗੱਲ ਦਾ ਪਤਾ ਹੈ ਕਿ ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ ਨੇ ਕਈ ਵਾਰੀ ਇਦਾਂ ਹੋ ਜਾਂਦਾ ਵੀ ਸਾਡੇ ਤੋਂ ਗਲਤ ਨੁਮਾਇੰਦਾ ਚੁਣਿਆ ਜਾਂਦਾ ਜਿਦਾ ਨਤੀਜਾ ਆਪਾਂ ਜਲੰਧਰ ਵੈਸਟ 'ਚ ਭੁਗਤ ਰਹੇ ਹਾਂ ਇੱਕ ਗਲਤ ਨੁਮਾਇੰਦਾ ਚੁਣਿਆ ਗਿਆ ਉਹਦੇ ਲਈ ਲੋਕਾਂ ਦੇ ਮਨ 'ਚ ਹਕਤਾਸ਼ਾ ਹੁੰਦੀ ਹੈ ਪਰ ਇੱਕ ਵਧੀਆ ਕੈਂਡੀਡੇਟ ਦੇ ਰੂਪ 'ਚ ਹਮਿੰਦਰ ਭਗਤ ਜੀ ਨੂੰ ਹੁਣ ਪਾਰਟੀ ਨੇ ਕੈਂਡੀਡੇਟ ਬਣਾਇਆ ਤਾਂ ਲੋਕ ਇਸ ਗੱਲੋਂ ਤਾਰੀਫ ਬਹੁਤ ਕਰ ਰਹੇ ਨੇ ਕਿ ਇੱਕ ਸ਼ਰੀਫ ਕੈਂਡੀਡੇਟ ਇੱਕ ਆਮ ਕਰਦਾ ਕੈਂਡੀਡੇਟ ਜਿਹੜਾ ਪਾਰਟੀ ਨੇ ਉਤਾਰਿਆ ਤੇ ਜਿਹੜਾ ਲੋਕਾਂ ਵਿੱਚ ਪਿਛਲੇ 50 60 ਸਾਲ ਤੋਂ ਵਿਚਰ ਰਿਹਾ ਉਹਨੂੰ ਉਤਾਰਿਆ ਗਿਆ ਸੋ ਲੋਕ ਖੁਸ਼ ਨੇ ਲੋਕ ਤਿਆਰ ਨੇ ਮਾਨ ਸਾਹਿਬ ਦੇ ਨਾਮ ਤੇ ਵੋਟ ਪਾਉਣ ਨੂੰ ਪਾਰਟੀ ਦੇ ਨਾਮ ਤੇ ਵੋਟ ਪਾਉਣ ਨੂੰ ਲੋਕ ਤਿਆਰ ਬੈਠੇ ਨੇ ਜੀ ਅੱਛਾ ਤੁਹਾਨੂੰ ਕੀ ਲੱਗਦਾ ਵੈਸੇ ਆਮ ਲੋਕਾਂ ਦੇ ਤੌਰ ਤੇ ਇੱਕ ਆਮ ਜਿੱਦਾਂ ਸਾਰੇ ਨੇ ਵੀ ਕੀ ਹੋਰ ਠੀਕ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਕਿਉਂਕਿ ਨਸ਼ਾ ਤਾਂ ਇੱਕ ਵੱਡਾ ਮਸਲਾ ਹੈ ਜੀ ਹੋਰ ਲਾਈਨ ਆਰਡਰ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਇੱਕ ਕੁੜੀ ਇੱਕ ਮਾਂ ਹੁਣ ਤੁਸੀਂ ਮਾਂ ਵੀ ਹੋ ਇੱਕ ਪਤਨੀ ਕੀ ਸੋਚਦੀ ਹੈ ਕਿ ਵੀ ਜਦੋਂ ਲੋਕਾਂ ਦੀ ਆਪ ਗੱਲਾਂ ਬਾਤਾਂ ਤੁਸੀਂ ਵੀ ਖਬਰਾਂ ਸੁਣਦੇ ਹੋਗੇ ਅਖਬਾਰ ਪੜ੍ਹਦੇ ਹੋਗੇ ਕੀ ਲੱਗਦਾ ਹੈ ਕਿ ਅੱਜ ਆ ਚੀਜ਼ ਹੋਣੀ ਚਾਹੀਦੀ ਹੈ ਤੇ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਕਦੇ ਬਾਹ ਫੜ ਕੇ ਕਿਹਾ ਹੋਵੇ ਕਿ ਮੁੱਖ ਮੰਤਰੀ ਸਾਹਿਬ ਆ ਚੀਜ਼ ਜਰੂਰ ਠੀਕ ਕਰੋ ਵੀ ਇਹ ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਵੱਡੀ ਸਮੱਸਿਆ ਦੇਖੋ ਐਜ਼ ਅ ਲੇਡੀ ਐਜ਼ ਅ ਮਦਰ ਜਦੋਂ ਅਸੀਂ ਸਮਾਜ 'ਚ ਜਾਂਦੇ ਆ ਸਾਨੂੰ ਲੇਡੀਆਂ ਆਪਦਾ ਦੁੱਖ ਮੈਨੂੰ ਲੱਗਦਾ ਹੈ ਜਿਆਦਾ ਮਾਵਾਂ ਭੈਣਾਂ ਜਿਹੜਾ ਦੱਸ ਸਕਦੀਆਂ ਨੇ ਸੋ ਬਹੁਤ ਮਸਲੇ ਹੁੰਦੇ ਨੇ ਜੋ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਘਰ ਆ ਕੇ ਕਹਿੰਨੇ ਵੀ ਆ ਕਿ ਆ ਪਹਿਲ ਦੇ ਆਧਾਰ ਤੇ ਇਹ ਜਿਵੇਂ ਆਪਣਾ ਵਾਦਾ ਵੀ ਸੀਗਾ ਕਿ 1000 ਰੁਪਏ ਦਿੱਤਾ ਜਾਵੇ ਉਹ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਨੇ ਆ ਕਿ ਅੱਛਾ 1000 ਵਾਲੀ ਚੁੰਡੀ ਵਾਢਾਟੇ ਆ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਮੈਂ ਤਾਂ ਰੋਜ਼ ਹੀ ਕਹਿੰਨੀ ਆ ਜੀ ਮੇਰਾ ਕੰਮ ਹੈ ਲੋਕਾਂ ਦੀ ਸਫਾਰਿਸ਼ ਮਾਨ ਸਾਹਿਬ ਤੱਕ ਕਰਨੀ ਸੋ ਮੈਂ ਉਹ ਸਫਾਰਿਸ਼ ਰੋਜ਼ ਲੋਕਾਂ ਦਾ ਜਿਹੜਾ ਸੁਨ ਹੈ ਉਹ ਮਾਨ ਸਾਹਿਬ ਤੱਕ ਪਹੁੰਚਾਉਣੀ ਆ ਬਾਕੀ ਮਾਨ ਸਾਹਿਬ ਵੀ ਉਸ ਗੱਲ ਤੋਂ ਮੁਨਕਰ ਕਦੇ ਵੀ ਨਹੀਂ ਹੋਏ ਉਹ ਕਹਿੰਦੇ ਵੀ ਇਸ ਸਾਲ ਦੇ ਵਿੱਚ ਵਿੱਚ ਉਹ ਜ਼ਰੂਰ ਇਸ ਵਾਦੇ ਨੂੰ ਵੀ ਪੂਰਾ ਕਰਨਗੇ ਬਾਕੀ ਜਿਹੜੇ ਵੀ ਸਮਾਜਿਕ ਇਸ਼ੂਜ਼ ਹੁੰਦੇ ਨੇ ਅਸੀਂ ਘਰ ਆ ਕੇ ਡਿਸਕਸ਼ਨ ਜ਼ਰੂਰ ਕਰਦੇ ਹੁੰਨੇ ਆ ਤੇ ਉਹਨਾਂ ਦਾ ਹੱਲ ਲੱਭਣ ਦੀ ਵੀ ਟਰਾਈ ਕਰਦੇ ਹਾਂ ਜਿੰਨਾ ਕਰ ਸਕਦੇ ਆ ਉਹ ਕਰਦੇ ਆ ਅੱਛਾ ਹੁਣ ਬੀਬੀਆਂ ਸੁਣ ਰਹੀਆਂ ਕਿ ਉਹਨਾਂ ਦੇ ਵਕੀਲ ਤਾਂ ਮੁੱਖ ਮੰਤਰੀ ਦੇ ਘਰੇ ਹੀ ਬੈਠੇ ਨੇ ਤੁਹਾਡੀ ਗੱਲ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਕੋਲ ਰੋਜ਼ ਵਾਂਗੂ ਪਹੁੰਚ ਜਾਂਦੀ ਆ ਤੇ ਤੁਸੀਂ ਜ਼ਿਕਰ ਕਰ ਜੀ ਇੱਕ ਵਾਰੀ ਕਲੀਅਰ ਕਰ ਦਿਓ ਇਹ 1000 ਰੁਪਏ ਵਾਲਾ ਵਾਅਦਾ ਇਸੇ ਸਾਜ ਪੂਰਾ ਕਰਨ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਦੇਖੋ ਟਰਾਈ ਅਸੀਂ ਬਿਲਕੁਲ ਕਰ ਰਹੇ ਆ ਬਾਕੀ ਜਿਵੇਂ ਵੀ ਬਜਟ ਮੈਨੂੰ ਇੰਨਾ ਫਾਈਨੈਂਸ਼ੀਅਲੀ ਨਹੀਂ ਇੰਨੀ ਨੋ ਲੈਜ ਹੈਗੀ ਉਹ ਪ ਉੜਤਾ ਤਾਂ ਖਿੱਚੀ ਜਾਣੇ ਨਾ ਤੁਸੀਂ ਬਿਲਕੁਲ ਬਿਲਕੁਲ ਜੀ ਮੇਰਾ ਕੰਮ ਸੁਨੇਹਾ ਲਾਣਾ ਮੈਂ ਲਈ ਜਾ ਰਹੀਆਂ ਮਾਵਾ ਪੈਣਾ ਨੂੰ ਪੂਰਾ ਹੌਸਲੇ ਚ ਰਹਿਣ ਅਸੀਂ ਬੈਠੀਆਂ ਤੁਹਾਡੇ ਨਾਲ ਤੁਹਾਡੇ ਕਰਕੇ ਤੇ ਜ਼ਰੂਰ ਉਹ ਵੀ ਵਾਦਾ ਪੂਰਾ ਹੋਊਗਾ ਅੱਛਾ ਇੱਕ ਮੁੱਖ ਮੰਤਰੀ ਸਾਹਿਬ ਕਦੇ ਤੁਹਾਡੇ ਨਾਲ ਕੋਈ ਕਿਸੇ ਇਸ਼ੂ ਤੇ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਆ ਚੀਜ਼ ਠੀਕ ਕਰਨ ਵਾਲੀ ਹੈ ਜਿਵੇਂ ਹੁਣੇ ਉਹਨਾਂ ਨੇ ਪੁਲਿਸ ਦੇ ਵਿੱਚ ਕਾਫੀ ਬਦਲਾਅ ਕੀਤਾ ਹੈ ਕਿ ਨਸ਼ੇ ਨੂੰ ਲੈ ਕੇ ਜਿੱਥੇ ਕਿਤੇ ਕਮੀ ਸੀ ਉਹਨਾਂ ਨੇ ਪੁਲਿਸ ਅਫਸਰਾਂ ਦੇ ਵੱਡੇ ਤਬਾਦਲੇ ਕੀਤੇ ਨੇ ਤੋਂ ਕਿਤੇ ਤੁਹਾਡੇ ਨਾਲ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਮੈਂ ਡਾਕਟਰ ਸਾਹਿਬ ਵੀ ਆ ਚੀਜ਼ ਹੈ ਜਿਹੜੀ ਹੁਣ ਨਸ਼ੇ ਤੇ ਠੱਲ ਪਾਉਣੀ ਹੈ ਜਾਂ ਜਿਹੜੇ ਡਰੱਗਸ ਪੈਡਲਰ ਨੇ ਇਹਨਾਂ ਨੂੰ ਛੇਤੀ ਕੰਟਰੋਲ ਕਰਨਾ ਕੋਈ ਇਦਾਂ ਦੀਆਂ ਗੱਲਾਂ ਪੁੱਤੋ ਬੇਸਿਕਲੀ ਸੀਐਮ ਸਾਹਿਬ ਦਾ ਮੇਨ ਅਜੰਡਾ ਤਾਂ ਤੁਹਾਨੂੰ ਸਭ ਨੂੰ ਪਤਾ ਉਹ ਤਾਂ ਐਂਟੀ ਕ腐ਪਸ਼ਨ ਦੀ ਉਹ ਬਹੁਤ ਮਿਹਨਤ ਕਰਦੇ ਨੇ ਕਿ ਜਿਹੜੇ ਮੇਰੇ ਪੰਜਾਬ ਦੇ ਲੋਕ ਨੇ ਕਿ ਉਹਨਾਂ ਨੂੰ ਉਹਨਾਂ ਦੀ ਜੇਬ ਚੋਂ ਕੋਈ ਵੀ ਜਦੋਂ ਉਹਨਾਂ ਨੂੰ ਰੁਪਈਆ ਮੰਗਦਾ ਤਾਂ ਮੈਨੂੰ ਲੱਗਦਾ ਮਾਨ ਸਾਹਿਬ ਨੂੰ ਸਭ ਤੋਂ ਜ਼ਿਆਦਾ ਦੁੱਖ ਲੱਗਦਾ ਹੈ ਜੇ ਕੋਈ ਵੀ ਅਫਸਰ ਦੀ ਜਾਂ ਕਿਸੇ ਦੀ ਵੀ ਇਹ ਜੀ ਸ਼ਿਕਾਇਤ ਆਉਂਦੀ ਹੈ ਤੇ ਮਾਨ ਸਾਹਿਬ ਪਹਿਲ ਦੇ ਆਧਾਰ ਤੇ ਉਹਦੇ ਤੇ ਕਾਰਵਾਈ ਵੀ ਕਰਦੇ ਨੇ ਤੇ ਮੈਨੂੰ ਲੱਗਦਾ ਉਹ ਜਿਹੜਾ ਅਜੰਡਾ ਹੈ ਉਹ ਬਹੁਤ ਕਲੀਅਰ ਹੈ ਉਹਨਾਂ ਦੇ ਦਿਮਾਗ 'ਚ ਪਿਛਲੇ 2.5 ਸਾਲ ਤੋਂ ਇਸ ਕੰਮ ਅਜੰਡੇ ਤੇ ਕੰਮ ਕਰ ਰਹੇ ਨੇ ਤੇ ਅੱਗੋਂ ਵੀ ਕਰਨਗੇ ਬਾਕੀ ਜਿਹੜੇ ਡਰੱਗਸ ਦੇ ਇਸ਼ੂ ਨੇ ਉਹਦੇ ਲਈ ਵੀ ਸੀਐਮ ਸਾਹਿ ਨੇ ਪਹਿਲਾਂ ਵੀ ਕੰਮ ਕੀਤਾ ਜਿਹੜੀਆਂ ਅ ਮੈਨੂੰ ਲੱਗਦਾ ਮੀਟਿੰਗਸ ਵੀ ਹੋਈਆਂ ਨੇ ਤੇ ਉਹ ਵੀ ਜਲਦੀ ਮੈਨੂੰ ਲੱਗਦਾ ਸਾਰੀਆਂ ਚੀਜ਼ਾਂ ਅੰਡਰ ਕੰਟਰੋਲ ਹੋਣਗੀਆਂ ਤਾਂ ਮੁੱਖ ਮੰਤਰੀ ਸਾਹਿਬ ਦਾ ਇਹ ਸ੍ਰੀਆਂ ਵੀ ਮੈਨੂੰ ਲੱਗਦਾ ਤੁਹਾਡੇ ਰੇ ਪਹੁੰਚ ਗਿਆ ਹੋਣਾ ਉਹਨਾਂ ਅਫਸਰਾਂ ਤਿੱਕਰ ਤੇ ਉਹਨਾਂ ਮੁਲਾਜ਼ਮਾਂ ਤਿੱਕਰ ਜਿਨ੍ਹਾਂ ਦਾ ਤਨਖਾਹ ਤੋਂ ਉੱਤੇ ਟੇਬਲ ਦੇ ਹੇਠਾਂ ਦੀ ਨਹੀਂ ਸਰਦਾ ਤਾਂ ਤੁਹਾਡਾ ਸਪਾਈਸ ਤਸਰੀਆ ਉਹਨਾਂ ਕੋਲੇ ਪਹੁੰਚ ਗਿਆ ਹੋਵੇਗਾ ਕਿ ਖੈਰ ਨਹੀਂ ਕਿਸੇ ਦੀ ਬਿਲਕੁਲ ਜੀ ਬਿਲਕੁਲ ਕਰਪਸ਼ਨ ਬਿਲਕੁਲ ਬਰਦਾਸ਼ਤ ਵਾਲੀ ਚੀਜ਼ ਹੈ ਨਹੀਂ ਕੀ ਸਾਡੇ ਪਰਿਵਾਰ ਦੇ ਵਿੱਚ ਕਈ ਵਾਰੀ ਕੋਈ ਸਪਰਸ਼ਪੁਰਸ਼ ਲਿਆਵੇ ਇਧਰ ਉਧਰ ਦੀ ਕੋਈ ਬਖਸ਼ਿਆ ਜਾਂਦਾ ਕਿ ਨਹੀਂ ਨਹੀਂ ਜੀ ਸਾਡੇ ਤੱਕ ਮੁੱਖ ਮੰਤਰੀ ਸਾਹਿਬ ਤੱਕ ਕੋਈ ਬੰਦਾ ਸਫਾਰਿਸ਼ ਲੈ ਕੇ ਆ ਹੀ ਨਹੀਂ ਸਕਦਾ ਜੀ ਸਾਡਾ ਏਜੰਡਾ ਬਿਲਕੁਲ ਕਲੀਅਰ ਹੈ ਕਿ ਇਦਾਂ ਦੀ ਚੀਜ਼ ਟੋਲੇਰੇਬਲ ਹੈ ਹੀ ਨਹੀਂ ਕੀ ਭ੍ਰਿਸ਼ਟਾਚਾਰੀ ਦੀ ਨੋ ਸਪਾਰਿਸ਼ ਨੋ ਸਪਾਰਿਸ਼ ਜੀ ਕਿਸੇ ਚੀਜ਼ ਦੀ ਵੀ ਕੋਈ ਸਫਾਰਿਸ਼ ਨਹੀਂ ਨੋ ਵਕਾਲਤ ਜੇ ਤੁਹਾਡੇ ਕੋਲ ਵੀ ਕੋਈ ਆ ਜੇ ਨੋ ਸਪਾਰਿਸ਼ ਨੋ ਵਕਾਲਤ ਚਾਹੇ ਨੌਕਰੀਆਂ ਹੋਣ ਜੀ ਚਾਹੇ ਕੋਈ ਮੈਰਿਟ ਤੇ ਬੇਸ ਤੇ ਕਿਸੇ ਚੀਜ਼ 'ਚ ਵੀ ਨਾ ਕੋਈ ਪੈਸਾ ਨਾ ਕੋਈ ਸਫਾਰਿਸ਼ ਇਹ ਸਰਕਾਰ ਦਾ ਕਲੀਅਰ ਏਜੰਡਾ ਜੀ ਅੱਛਾ ਤੁਹਾਨੂੰ ਕੀ ਲੱਗਦਾ ਹੈ ਕਿ ਭਗਵੰਤ ਸਿੰਘ ਮਾਨ ਹੋਣੀ ਕਿਉਂਕਿ ਲੋਕਾਂ ਨੇ ਜਿਹੜੇ ਲੈਵਲ ਤੇ ਉਹਨਾਂ ਨੂੰ ਚੁੱਕ ਕੇ 92 ਐਮਐਲਏ ਦੇ ਕੇ ਮੁੱਖ ਮੰਤਰੀ ਬਣਾਇਆ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਲੋਕਾਂ ਦੇ ਨਾਲ ਜਸਟੀਫਾਈ ਕਰ ਪਾ ਰਹੇ ਨੇ ਕਿ ਜਿੰਨੀਆਂ ਉਮੀਦਾਂ ਲੋਕ ਕਿਉਂਕਿ ਕਈ ਵਾਰੀ ਲੋਕ ਆਪਦੇ ਵਰਗੇ ਤੋਂ ਉਮੀਦਾਂ ਬਹੁਤ ਜ਼ਿਆਦਾ ਰੱਖਦੇ ਨੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰ ਪਾ ਰਹੇ ਨੇ ਮੁੱਖ ਮੰਤਰੀ ਦੇਖੋ ਮਿਹਨਤ ਕਰਨਾ ਇਨਸਾਨ ਦਾ ਫਰਜ਼ ਹੈ ਮਿਹਨਤ ਕਰ ਰਹੇ ਆ ਬਾਕੀ ਟਾਈਮ ਵੀ ਲੱਗਦਾ ਹੈ ਹਰ ਇੱਕ ਚੀਜ਼ ਨੂੰ ਬਿਕੋਜ਼ ਕੋਈ ਇੱਕ ਦਿਨ ਚ ਕੰਮ ਨਹੀਂ ਹੁੰਦੇ 2.5 ਸਾਲ ਦਾ ਸਮਾਂ ਲੰਘਿਆ ਜਿਹੜੇ ਵਾਅਦੇ ਕੀਤੇ ਸੀ ਪੂਰੇ ਕੀਤੇ ਆ ਬਾਕੀ ਅੱਗੇ ਵਾਅਦੇ ਜਿਹੜੇ ਰਹਿੰਦੇ ਨੇ ਉਹ ਵੀ ਪੂਰੇ ਕਰਾਂਗੇ ਤੇ ਕੰਮ ਹੋਣ ਨੂੰ ਕਈ ਵਾਰੀ ਟਾਈਮ ਵੀ ਲੱਗ ਜਾਂਦਾ ਹੈ ਕਈ ਵਾਰੀ ਸਰਕਮਸਟੈਂਸਸ ਇਹੋ ਜਿਹੇ ਹੁੰਦੇ ਨੇ ਕਿ ਕੰਮ ਕਰਨਾ ਵੀ ਚਾਹੁੰਦਾ ਬੰਦਾ ਤਾਂ ਵੀ ਥੋੜਾ ਜਿਹਾ ਲੰਮਲੇਟ ਹੋ ਜਾਂਦਾ ਤੇ ਉਹਦੇ ਲਈ ਲੋਕਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਮੈਨੂੰ ਲੱਗਦਾ ਤੇ ਬਾਕੀ ਮੈਨੂੰ ਲੱਗਦਾ ਐ ਇੰਨਾ ਕੰਪੀਟੈਂਟ ਮੁੱਖ ਮੰਤਰੀ ਅਜ ਤੱਕ ਪੰਜਾਬ ਨੂੰ ਮਿਲਿਆ ਨਹੀਂ ਜਿਹੜਾ ਇੰਨਾ ਦਿਨ ਰਾਤ ਕੰਮ ਕਰ ਰਿਹਾ ਹੋਵੇ ਬਾਕੀ ਲੱਗੇ ਹੋયા ਸਾਰੀ ਪਾਰਟੀ ਲੱਗੀ ਹੋਈ ਐ ਕੰਮ ਕਰਨ ਲਈ ਜਿੰਨੇ ਹੋ ਸਕਦੇ ਹੋਣਗੇ ਪੰਜਾਬ ਦੇ ਕੰਮ ਕਰਾਂਗੇ ਜੀ ਅੱਛਾ ਸਿਆਸੀ ਵਾਅਦੇ ਤਾਂ ਤੁਹਾਨੂੰ ਲੱਗਦਾ ਕਿ ਪੂਰੇ ਕਰ ਰਹੇ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੇ ਨੇ ਤੁਹਾਡੇ ਨਾਲ ਕੀਤੇ ਵਾਅਦੇ ਪੂਰੇ ਕਰ ਰਹੇ ਨੇ ਬਿਲਕੁਲ 110% ਜੀ ਵਿਆਹ ਤਾਂ ਪਹਿਲਾਂ ਕੋਈ ਘਮੌਣ ਘਮੁੰਦਾ ਲਾਰਾ ਨਹੀਂ ਸੀ ਲਾਇਆ ਤੇ ਵਿਆਹ ਤੋਂ ਬਾਅਦ ਉਹਨੂੰ ਵੋਟਾਂ ਚ ਲੈ ਵੀ ਫਿਰਦੇ ਆ ਨਹੀਂ ਨਹੀਂ ਇਹੀ ਘੁੰਮਣਾ ਫਿਰਨਾ ਇਹੀ ਰਹਿ ਗਿਆ ਜੀ ਹੁਣ ਲੋਕਾਂ 'ਚ ਰਹਿਣਾ ਇਹਦੇ ਨਾਲ ਜਿਹੜੀ ਸੈਟੀਸਫੈਕਸ਼ਨ ਮਿਲਦੀ ਹੈ ਮੈਨੂੰ ਲੱਗਦਾ ਉਹ ਕਿਸੇ ਵੀ ਵਧੀਆ 5 7 ਸਟਾਰ ਹੋਟਲ 'ਚ ਨਹੀਂ ਮਿਲਦੀ ਜਿਹੜਾ ਲੋਕਾਂ 'ਚ ਜਾ ਕੇ ਸੈਟੀਸਫੈਕਸ਼ਨ ਮਿਲਦੀ ਹੈ ਅੱਛਾ ਕਦੇ-ਕਦੇ ਜ਼ਹਿਨ ਚ ਆਏ ਨਹੀਂ ਹੁੰਦਾ ਵੀ ਵੈਸੇ ਤਾਂ ਛੁੱਟੀਆਂ ਦੇ ਵਿੱਚ ਲੋਕ ਕੋਈ ਤਾਂ ਪਹਾੜਾਂ 'ਤੇ ਲੈ ਕੇ ਜਾਂਦਾ ਕੋਈ ਵਿਦੇਸ਼-ਵਦੂਸ਼ ਲੈ ਜਾਂਦਾ ਕੋਈ ਕਿਤੇ ਕਮਾਲ ਲਿਆਉਂਦਾ ਤੇ ਤੁਹਾਨੂੰ ਮੁੱਖ ਮੰਤਰੀ ਸਾਹਿਬ ਲੈ ਆਏ ਇੱਕ ਬਾਉਂਡ ਜਲੰਧਰ ਦੀਆਂ ਉਪਚੋੜਾਂ ਦੇ ਵਿੱਚ ਮੈਨੂੰ ਲੱਗਦਾ ਪਰਿਵਾਰ ਨੂੰ ਇਕੱਠਾ ਰਹਿਣਾ ਚਾਹੀਦਾ ਕਿਤੇ ਵੀ ਰਹੇ ਚਾਹੇ ਉਹ ਛੁੱਟੀਆਂ ਦਾ ਹੋਵੇ ਆਪਾਂ ਛੁੱਟੀਆਂ ਕੱਟਣ ਜਾਂਦੇ ਆ ਇੱਕੇ ਮਸਲਾ ਹੁੰਦਾ ਕਿ ਆਪਾਂ ਪਰਿਵਾਰ ਕੁਆਲਿਟੀ ਆਫ ਟਾਈਮ ਸਪੈਂਡ ਕਰ ਸਕਾਂ। ਸੋ ਸਾਡਾ ਪਰਿਵਾਰ ਚਾਹੇ ਚੰਡੀਗੜ੍ਹ ਹੋਵੇ ਸੰਗਰੂਰ ਹੋਵੇ ਜਲੰਧਰ ਹੋਈਏ ਇਕੱਠੇ ਟਾਈਮ ਸਪੈਂਡ ਕਰਦੇ ਹਾਂ ਅਸੀਂ ਤੇ ਲੋਕਾਂ 'ਚ ਰਹਿਣਾ ਸਾਡਾ ਪੈਸ਼ਨ ਹੈ ਮਾਨ ਸਾਹਿਬ ਦਾ ਵੀ ਬਾਕੀ ਹੁਣ ਆਈ ਐਮ ਆਲਸੋ ਟ੍ਰਾਈਂਗ ਕਿ ਮੈਂ ਜਿੰਨਾ ਹੋ ਸਕਦਾ ਆਪਦਾ ਟਾਈਮ ਲੋਕਾਂ 'ਚ ਬਤਾਵਾਂ ਸੋ ਇਦਾਂ ਹੀ ਇਕੱਠੇ ਰਲ ਮਿਲ ਕੇ ਕਰ ਰਹੇ ਹਾਂ ਜੀ ਕੰਮ ਤੁਹਾਨੂੰ ਟਾਈਮ ਦੇ ਪਾਉਂਦੇ ਮੰਤਰੀ ਸਾਹਿਬ ਸਾਡੇ ਦੋਹਾਂ ਕੋਲ ਗਿਲਾ ਰਹੇ ਜਾਂਦਾ ਦੋਹਾਂ ਕੋਲ ਟਾਈਮ ਕੱਟ ਹੈ ਜੀ ਐਕਚੁਅਲੀ ਮੈਂ ਇਦਾਂ ਕਿਉਂਕਿ ਮੇਰਾ ਆਪਦਾ ਸ케ਜੂਲ ਹੁੰਦਾ ਉਹਨਾਂ ਦਾ ਆਪਦਾ ਹੁੰ ਸੋ ਗਿਲੇ ਸ਼ਿਕਵੇ ਹੁੰਦੇ ਨਹੀਂ ਡਿਨਰ ਯੂਜੂਲੀ ਇਕੱਠਾ ਹੁੰਦਾ ਤੇ ਉਹਦੇ ਤੇ ਗੱਲਬਾਤ ਕਰ ਲੀਦੀ ਹੈ ਬਾਕੀ ਤਾਂ ਕੰਮ ਕਾਰਾਂ ਚ ਟਾਈਮ ਨਹੀਂ ਜਾਂਦਾ ਜੀ ਗਿਲਾ ਸ਼ਿਕਵਾ ਕਰਨ ਦਾ ਵੀ ਟਾਈਮ ਨਹੀਂ ਹੁੰਦਾ ਤੁਹਾਡੇ ਤੋਂ ਬਾਅਦ ਤਾਂ ਇੱਕ ਹੋਰ ਵੱਡੀ ਜ਼ਿੰਮੇਵਾਰੀ ਧੀ ਰਾਣੀ ਨਿਯਮਤ ਆ ਗਈ ਚਲੋ ਤੁਸੀਂ ਤਾਂ ਫਿਰ ਵੀ ਮਾੜਾ ਮੋਟਾ ਐਡਜਸਟ ਕਰ ਲੋਗੇ ਤੇ ਉਹ ਧੀ ਰਾਣੀ ਨੂੰ ਟਾਈਮ ਦੇ ਪਾਉਂਦੇ ਨਹੀਂ ਦਿੰਦੇ ਆ ਜੀ ਟਾਈਮ ਬਿਲਕੁਲ ਜਦੋਂ ਵੀ ਕੰਮ ਤੋਂ ਫ੍ਰੀ ਹੋ ਕੇ ਘਰ ਆਉਂਦੇ ਆ ਤੇ ਉਹ ਇੱਕ ਦੋ ਘੰਟੇ ਨਿਯਮਤ ਨਾਲ ਟਾਈਮ ਸਪੈਂਡ ਕਰਦੇ ਆ ਤੇ ਮੈਨੂੰ ਲੱਗਦਾ ਹੈ ਨੀਂਦ ਵੀ ਨਹੀਂ ਆਉਂਦੀ ਆਪਦੇ ਬੱਚੇ ਦਾ ਮੂੰਹ ਦੇਖੇ ਬਿਨਾ ਸੋ ਉਹ ਜਿੰਨਾ ਵੀ ਹੋ ਸਕਦਾ ਉਹ ਟਾਈਮ ਸਪੈਂਡ ਕਰਦੇ ਆ ਬਾਕੀ ਜਦ ਵੀ ਕਿਤੇ ਵੀ ਫ੍ਰੀ ਹੋਣ ਤੇ ਉਹਨਾਂ ਦਾ ਹੁਣ ਕਹਿੰਦੇ ਵੀ ਮੇਰਾ ਮੇਨ ਅਜੈਂਡਾ ਹੈ ਹੁੰਦਾ ਮੈਂ ਟਾਈਮ ਦੀ ਘਰ ਪਹੁੰਚ ਜਾ ਕਿਉਂਕਿ ਨਿਆਮਤ ਨੂੰ ਮਿਲਦਾ ਮਾ ਮਾਪੇ ਨੂੰ ਚਾਹ ਹੁੰਦਾ ਹੀ ਆਪਦੇ ਬੱਚੇ ਨਾਲ ਟਾਈਮ ਸਪੈਂਡ ਕਰੀਏ ਜੀ ਹਲੇ ਤਾਂ ਨਿਆਮਤ ਛੋਟੀ ਹੈ ਮੈਨੂੰ ਲੱਗਦਾ ਕਿ ਉਹ ਤੁਹਾਡੀ ਵਕੀਲ ਬਣਨੀ ਹੈ ਜੇ ਥੋੜੀ ਜਿਹੀ ਵੱਡੀ ਹੋ ਕੇ ਮੁੜ ਕੇ ਕੁੜਤਾ ਫੜ ਕੇ ਰੋਗ ਲਿਆ ਕਰੂਗੀ ਭਾਈ ਘੰਟਾ ਬੈਠੋ ਜੀ ਵੇਖੋ ਉਹ ਵੀ ਟਾਈਮ ਤੁਹਾਡਾ ਫਾਇਦਾ ਹੋ ਜਾ ਕਰਨਾ ਚਰਸ਼ ਕਰਾਂਗੇ ਅਸੀਂ ਗੱਲਾਂ ਕਰਦੇ ਹੁੰ ਕਿ ਫਿਰ ਤਾਂ ਕਿਹਾ ਕਰੂਗੀ ਮੈਨੂੰ ਨਾਲ ਹੀ ਜਾਣਾ ਸੋ ਉਹ ਵੀ ਟਾਈਮ ਆਊਗਾ ਤਾਂ ਜਰੂਰ ਦੇਖਾਂਗੇ ਕੀ ਹੁੰਦਾ ਹੈ ਬਾਕੀ ਬੱਚੇ ਮੈਨੂੰ ਲੱਗਦਾ ਅੱਜ ਕੱਲ ਸਮਝਦਾਰ ਨੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਬੜੀ ਤੇਜ਼ ਤਰਾਰ ਤੇ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਹੈ ਆਪਾਂ ਕਹਿ ਸਕਦੇ ਹਾਂ ਕਿਉਂ ਮੁੱਖ ਮੰਤਰੀ ਮਾਂ ਡਾਕਟਰ ਤੇ ਫਿਰ ਜਵਾਗ ਨੇ ਤਾਂ ਹੋਰ ਮੈਨੂੰ ਲੱਗਦਾ ਜਵਾਗ ਤਾਂ ਫਿਚਰ ਕਿਤੇ ਦੇਖਦੇ ਹੋ ਬੱਚੇ ਦਾ ਜੀ ਮੈਂ ਇਹਦੇ ਬਾਰੇ ਕਦੇ ਨਹੀਂ ਸੋਚਿਆ ਬਾਕੀ ਜੋ ਉਹ ਚਾਹੁੰਦੀ ਹੋਊਗੀ ਲਾਈਫ 'ਚ ਕਰਨਾ ਜਿਵੇਂ ਸਾਡੇ ਮਾਪਿਓ ਨੇ ਸਾਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਸੀ ਕਿ ਜੋ ਕੈਰੀਅਰ ਚਾਹਣੇ ਉਹ ਬਣਾਓ ਜੋ ਆਪਦਾ ਪਰਸੂ ਕਰਨਾ ਚਾਹਣੇ ਉਹ ਜਿਹੜੇ ਫੀਲਡ ਚ ਜਾਣਾ ਚਾਹਣੇ ਜਾਓ ਉਦੋਂ ਹੀ ਅਸੀਂ ਵੀ ਆਪਦੀ ਬੇਟੀ ਨੂੰ ਫੁੱਲ ਆਨ ਇੰਡੀਪੈਂਡੈਂਸ ਦਵਾਂਗੇ ਪੜਨਾ ਚਾਹੁੰਦੀ ਹੈ ਪੜੇ ਜੋ ਕੰਮਕਾਰ ਕਰਨਾ ਚਾਹੁੰਦੀ ਉਹ ਵੀ ਕਰੇਗੀ ਬਾਕੀ ਮੈਨੂੰ ਲੱਗਦਾ ਹੈ ਜੇ ਬਹੁਤ ਛੋਟੀ ਹੈ ਜੇ ਅਸੀਂ ਇੰਨਾ ਸੋਚਦੇ ਨਹੀਂ ਇਹਦੇ ਬਾਰੇ ਅੱਛਾ ਇੱਕ ਚੀਜ਼ ਮੈਂ ਨਾਲ ਤੁਹਾਡੇ ਤੋਂ ਇੱਕ ਆਮ ਇਨਸਾਨ ਵਾਂਗ ਇੱਕ ਆਮ ਘਰ ਦੀ ਕੁੜੀ ਵਾਂਗ ਘਰ ਦੀ ਲੇਡੀ ਵਾਂਗ ਪੁੱਛਣਾ ਚਾਹੂੰਗਾ ਜਿਸ ਤਰ੍ਹਾਂ ਦੀ ਅੱਜ ਸਿਆਸਤ ਹੋ ਗਈ ਹੈ ਜਿਸ ਤਰ੍ਹਾਂ ਦੇ ਬਿਆਨ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਜਿਸ ਤਰ੍ਹਾਂ ਦੀਆਂ ਭੱਦੇ ਸ਼ਬਦਾਂ ਦੀ ਵਰਤੋਂ ਹੁੰਦੀ ਹੈ ਜਿਸ ਤਰ੍ਹਾਂ ਦੇ ਨਿੱਜੀ ਹਮਲੇ ਹੁੰਦੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਮੈਨੂੰ ਲੱਗਦਾ ਕਿ ਬਹੁਤ ਗਲਤ ਹੈ ਪਰਿਵਾਰਾਂ ਦੇ ਵਿੱਚ ਚਲੇ ਗਏ ਹਾਂ ਇਹ ਗਲਤ ਰੁਝਾ ਹੈ ਕੋਈ ਬਹੁਤ ਵਧੀਆ ਰੁਝਾ ਹੈ ਨਹੀਂਗਾ 빙ਾ ਲੇਡੀ ਮਤਲਬ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਹੀ ਕਿਸੇ ਪੋਲੀਟੀਕਲ ਬੰਦੇ ਦੀ ਵੀ ਗੱਲ ਨਹੀਂ ਕਰਦੀ ਬਟ ਇਹ ਰੁਝਾ ਗਲਤ ਹੈ ਪੋਲੀਟੀਕਲ ਬੰਦੇ ਨੂੰ ਪੋਲੀਟੀਕਲ ਬੰਦੇ ਨਾਲ ਹੀ ਗੱਲ ਕਰਨੀ ਚਾਹੀਦੀ ਹੈ ਫੈਮਿਲੀਜ਼ ਨੂੰ ਜਾਂ ਹੋਰ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਬਾਕੀ ਜਿਹੜਾ ਰੁਝਾਇਆ ਜੀ ਬੰਦਾ ਉਹੋ ਜਿਹਾ ਹੋ ਜਾਂਦਾ ਆਈ ਥਿੰਕ ਇਹ ਇੱਕ ਪਾਰਟੀ ਚ ਨਹੀਂ ਹਰੇਕ ਪਾਰਟੀ ਚ ਹੋਇਆ ਪਿਆ ਸੋ ਐਟ ਟਾਈਮਸ ਇਹ ਬੌਦਰ ਵੀ ਕਰਦਾ ਕਿ ਇਹ ਰੁਝਾ ਜਿਹੜਾ ਗਲਤ ਹੈ ਇਹਨੂੰ ਦੂਰ ਹੋਣਾ ਚਾਹੀਦਾ ਹੈ ਹਟਣਾ ਚਾਹੀਦਾ ਹੈ ਬਾਕੀ ਇਟਸ ਆਲ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਟ੍ਰੋਲਿੰਗ ਦਾ ਜ਼ਿਆਦਾ ਜਮਾਨਾ ਆਈ ਜੀ ਪਬਲਿਸਿਟੀ ਹੈ ਜਿਹੜੀ ਲੋਕ ਉਹਦੇ ਵੱਲ ਜ਼ਿਆਦਾ ਜਾਂਦੇ ਨੇ ਸੋਸ਼ਲ ਮੀਡੀਆ ਤੇ ਜਦੋਂ ਕਿਸੇ ਦੇ ਖਿਲਾਫ ਟ੍ਰੋਲਿੰਗ ਸ਼ੁਰੂ ਹੁੰਦੀ ਹੈ ਤਾਂ ਕਦੇ-ਕਦੇ ਕੁਈ ਸਣ ਜਿੰਨਾ ਵੱਡਾ ਮਰਜ਼ੀ ਅਹੁਦੇ ਤੇ ਬੈਠੋ ਜਿੰਨਾ ਵੱਡਾ ਮਰਜ਼ੀ ਕਿਉਂ ਨਾ ਹੋਵੇ ਕਦੇ ਨਾ ਕਦੇ ਉਹਨੂੰ ਗੱਲ ਕੋਈ ਨਾ ਕੋਈ ਤੰਗ ਕਰ ਜਾਂਦੀ ਹੈ ਜਦੋਂ ਸੋਸ਼ਲ ਮੀਡੀਆ ਤੇ ਇਹ ਟਰੋਲਰ ਸ਼ੁਰੂ ਹੁੰਦੇ ਆ ਕਦੇ ਮੁੱਖ ਮੰਤਰੀ ਸਾਹਿਬ ਬਾਰੇ ਵੀ ਕਰਦੇ ਹੋਣਗੇ ਤਾਂ ਦਿਲ ਨੂੰ ਠੇਸ ਜੀ ਪਹੁੰਚਦੀ ਹੈ ਕਿ ਯਾਰ ਇਸ ਲੈਵਲ ਤੇ ਨਹੀਂ ਜਾਣਾ ਚਾਹੀਦਾ ਪਹਿਲਾਂ ਤਾਂ ਮੈਂ ਸੋਸ਼ਲ ਮੀਡੀਆ ਬਹੁਤ ਘੱਟ ਚਲਾਉਣੀ ਆ ਜੀ ਮੈਂ ਨਾ ਤਾਂ ਬਹੁਤ ਟੀਵੀ ਦੇਖਦੀ ਆ ਨਾ ਜ਼ਿਆਦਾ ਸੋਸ਼ਲ ਮੀਡੀਆ ਤੇ ਪੈਂਦੀ ਮੈਂ ਨਿਊਜ਼ਪੇਪਰ ਪੜ੍ਹਦੀ ਆ ਤੇ ਖਬਰਾਂ ਤਾਂ ਦਿਨ ਰਾਤ ਕਰ ਚੱਲਦੀਆਂ ਨੇ ਸੋ ਉਹ ਤਾਂ 24/7 ਹੁੰਦੀਆਂ ਬਾਕੀ ਇਹਨਾਂ ਚੀਜ਼ਾਂ ਵੱਲ ਧਿਆਨ ਜਿੰਨਾ ਹੋ ਸਕਦਾ ਘੱਟ ਦਈਦਾ ਤੇ ਆਪਣੇ ਕੰਮ ਵੱਲ ਧਿਆਨ ਦਈਦਾ ਕਿਉਂਕਿ ਇਹ ਚੀਜ਼ਾਂ ਤੁਹਾਨੂੰ ਕੰਮ ਤੋਂ ਪਟਕਾਉਣ ਲਈ ਹੁੰਦੀਆਂ ਨੇ ਇਹਨਾਂ ਦਾ ਸਿਰਫ ਇੱਕ ਟਾਰਗੇਟ ਹੁੰਦਾ ਕਿ ਤੁਹਾਨੂੰ ਆਪਦੀ ਲੀਹ ਤੋਂ ਕਿਵੇਂ ਤਾਰਿਆ ਜਾ ਸਕੇ ਨਾਂ ਫੋਕਸ ਇੱਕ ਪਾਸੇ ਰੱਖਣਾ ਚਾਹੀਦਾ ਤੇ ਉਹਦੇ ਲਈ ਕੰਮ ਕਰਨਾ ਚਾਹੀਦਾ ਅੱਛਾ ਆਪਾਂ ਸਮਾਪਤੀ ਵਾਲੇ ਪਾਸੇ ਜਾਵਾਂਗੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਲੰਬਾ ਦੇਣਾ ਤਾਂ ਦੇ ਦਿਓ ਉਹ ਲਾਜ਼ਮੀ ਇੰਟਰਵਿਊ ਪੂਰੀ ਦੇਖਣਗੇ ਉਹ ਕਈ ਵਾਰੀ ਸਾਹਮਣੇ ਲੰਬਾ ਦੇਣਾ ਔਖਾ ਹੋ ਜਾਂਦਾ ਮੈਂ ਜੀ ਕੋਈ ਲੰਬਾ ਨਹੀਂਗਾ ਬਸ ਮੈਂ ਇਹੀ ਕਹਿਣਾ ਚਾਹੁੰਨੀ ਆ ਕੋਈ ਜਿੱਦਾਂ ਪੰਜਾਬ ਦੀ ਸੇਵਾ ਕਰ ਰਹੇ ਨੇ ਇਦਾਂ ਹੀ ਕਰਦੇ ਰਹਿਣ ਤੇ ਇਮਾਨਦਾਰੀ ਨਾਲ ਤਨਦੇਹੀ ਨਾਲ ਲੋਕਾਂ ਦੇ ਜਿਹੜੇ ਇਸ਼ੂਜ਼ ਨੇ ਉਹ ਰਿਸੋਲਵ ਕਰਦੇ ਰਹਿਣ ਤੇ ਵਧੀਆ ਇੱਕ ਪੰਜਾਬ ਨੂੰ ਜਿਹੜਾ ਰਾਜ ਮਿਲੇ ਐਨਾਈ ਮੇਰੀ ਰਿਕੁਐਸਟ ਨਾਲ ਕੇ ਅੱਛਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਤੁਸੀਂ ਵੀ ਪੰਜਾਬ ਦੀ ਇਸਟਮ ਫਰਸਟ ਲੇਡੀ ਹੋ ਤਾਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਵੱਲੋਂ ਸਨਹਿਾ ਕੀ ਜਾਣਾ ਚਾਹੀਦਾ ਸਨਹਿਾ ਇਹ ਕਿ ਮੇਰਾ ਯੰਗਸਟਰਸ ਨੂੰ ਮੇਨਲੀ ਸਨਹਿਾ ਕਿ ਪੜੋ ਲਿਖੋ ਤੇ ਪੰਜਾਬ 'ਚ ਪੜ੍ਹਾਈ ਲਿਖਾਈ ਕਰੋ ਤੇ ਪੰਜਾਬ 'ਚ ਆਪ ਦੇ ਮੈਨੂੰ ਲੱਗਦਾ ਜਿਹੜਾ ਕੰਮਕਾਰ ਜਾਂ ਨੌਕਰੀ ਕਰਨੀ ਹੋ ਪੰਜਾਬ 'ਚ ਆਪਾਂ ਕਰੀਏ ਆਪਣਾ ਮੇਨ ਅਜੰਡਾ ਇਹੀ ਹੋਣਾ ਚਾਹੀਦਾ ਜੇ ਆਪਾਂ ਪੰਜਾਬ ਤੋਂ ਪੜਦੇ ਆਂ ਆਪਾਂ ਬਾਹਰ ਜਾ ਕੇ ਨੌਕਰੀਆਂ ਕਰਦੇ ਆਂ ਵੱਖਰੇ ਸੂਬਿਆਂ 'ਚ ਵੀ ਕਰਦੇ ਆਂ ਉਹ ਰੁਝਾਅ ਗਲਤ ਹੈ ਵੱਧ ਤੋਂ ਵੱਧ ਪੰਜਾਬ ਪੰਜਾਬ ਦੇ ਬੱਚਿਆਂ ਨੂੰ ਪੰਜਾਬ 'ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਅੱਜ ਤਾਂ ਬੱਚਿਆਂ ਦਾ ਵੱਡਾ ਟਾਰਗੇਟ ਪਹਿਲਾਂ ਹਰ ਇੱਕ ਦੀ ਲਮਾਰੀ 'ਚ ਪਾਸਪੋਰਟ ਪਿਆ ਜੀ ਇਹ ਰੁਝਾਅ ਅੱਗੇ ਨਾਲ ਬਹੁਤ ਘਟਿਆ ਜਿੰਨਾ ਕਿ ਮੈਂ ਸੁਣਿਆ ਬਹੁਤ ਘਟ ਗਿਆ ਕਿਉਂਕਿ ਸਾਡੇ ਤੱਕ ਲੋਕ ਬਹੁਤ ਆਉਂਦੇ ਨੇ ਬਹੁਤ ਦੱਸਦੇ ਵੀ ਨੇ ਕੀ ਬੇਟੇ ਨੇ ਪਾਸਪੋਰਟ ਬਣਵਾਇਆ ਹੋਇਆ ਸੀ ਹੁਣ ਤਾਂ ਪਾਸਪੋਰਟ ਦਬਤਾ ਵੀ ਇੱਥੇ ਐਡਮਿਸ਼ਨ ਕਰਾ ਦੋ ਕਿਤੇ ਇੱਥੇ ਪੜਨਾ ਚਾਹਣਾ ਕਿਉਂਕਿ ਬਾਹਰ ਵੀ ਹਾਲਾਤ ਆਪਾਂ ਦੇਖਦੇ ਹਾਂ ਕੋਈ ਬਹੁਤ ਸਖਾਵੇਂ ਹੈ ਨਹੀਂਗੇ ਕੋਈ ਈਜ਼ੀ ਮਨੀ ਉੱਥੇ ਵੀ ਹੈ ਨਹੀਂਗੀ ਬਹੁਤ ਬੱਚਿਆਂ ਨੂੰ ਮਿਹਨਤ ਕਰਨੀ ਪੈਂਦੀ ਹੈ ਸੋ ਉਹੀ ਮਿਹਨਤ ਆਪਾਂ ਜੇ ਇੱਥੇ ਕਰ ਲਈਏ ਤਾਂ ਇੱਥੇ ਵੀ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਨੇ ਜੀ ਇੱਥੇ ਵੀ ਉਹੀ ਚੀਜ਼ਾਂ ਨੇ ਜੋ ਅੱਜਕੱਲ ਮੈਨੂੰ ਲੱਗਦਾ ਕੋਈ ਬ੍ਰਾਂਡਸ ਕੋਈ ਚੀਜ਼ ਇੰਡੀਆ 'ਚ ਹਰ ਇੱਕ ਚੀਜ਼ ਅਵੇਲੇਬਲ ਹੈ ਬੱਚਿਆਂ ਨੂੰ ਇੰਡੀਆ ਦਾ ਰੋਜਾਂ ਜ਼ਿਆਦਾ ਕਰਨਾ ਚਾਹੀਦਾ ਪੰਜਾਬ ਦਾ ਰੋਜਾਂ ਜਾਣਾ ਜ਼ਿਆਦਾ ਕਰਨਾ ਚਾਹੀਦਾ ਅੱਛਾ ਚਲੋ ਲਾਸਟ 'ਚ ਨਿਯਮਤ ਦੀ ਛੋਟੀ ਜੀ ਗੱਲ ਮੈਂ ਜ਼ਰੂਰ ਕਹਿੰਦਾ ਨਿਯਮਤ ਹੁਣ ਕਿਉਂਕਿ ਤੁਸੀਂ ਵੀ ਭੱਜੇ ਫਿਰਦੇ ਹੋ ਚੋਣ ਪ੍ਰਚਾਰ 'ਚ ਮੁੱਖ ਮੰਤਰੀ ਸਾਹਿਬ ਵੀ ਤੇ ਨਿਯਮਤ ਨੂੰ ਘਰੇ ਫਿਰ ਕੌਣ ਸੰਭਾਲਦਾ ਦੇਖੋ ਨਿਯਮਤ ਨੂੰ ਸੰਭਾਲ ਲਈ ਪੂਆ ਦਾਦੀ ਨਾਨੀ ਸਾਰੇ ਨੇ ਕਿਉਂਕਿ ਛੋਟਾ ਜਿਹਾ ਬੱਚਾ ਹੈ ਸਭ ਨੂੰ ਐਕਸਾਈਟਮੈਂਟ ਹੁੰਦੀ ਹੈ ਬੱਚੇ ਨਾਲ ਟਾਈਮ ਸਪੈਂਡ ਕਰਨ ਦੀ ਸੋ ਮੈਨੂੰ ਲੱਗਦਾ ਮੇਰੇ ਤੋਂ ਜ਼ਿਆਦਾ ਧਿਆਨ ਦਾਦੀਆਂ ਨਾਨੀਆਂ ਰੱਖ ਰਹੀਆਂ ਨੇ ਤੇ ਮੈਂ ਇਸ ਵੱਲੋਂ ਥੋੜੀ ਜੀ ਕੇਅਰ ਫਰੀ ਵੀ ਹੁੰਦੀ ਹੈ ਕਿ ਉਹਦੇ ਲਈ ਇੱਕ ਵਧੀਆ ਮਾਹੌਲ ਹੈਗਾ ਤੇ ਉਹ ਇੱਕ ਚੰਗੀ ਪਰਵਰਿਸ਼ ਜਿਹੜੀ ਦਾਦੀ ਨਾਨੀਆਂ ਤੋਂ ਜਿਹੜੀ ਇੱਕ ਬੱਚੇ ਨੂੰ ਮਿਲਦੀ ਹੈ ਉਹ ਉਹ ਨੂੰ ਮਿਲ ਰਹੀ ਹੈ ਸਾਰਾ ਪਰਿਵਾਰ ਯਾਨੀ ਭੈਣ ਜੀ ਵੀ ਇੱਥੇ ਨੇ ਤੇ ਬਿਲਕੁਲ ਬਿਲਕੁਲ ਇੱਕ ਜੁਆਇੰਟ ਫੈਮਿਲੀ ਵਾਂਗ ਸਾਡਾ ਕਲਚਰ ਹੈ ਜੀ ਇਕੱਠੇ ਰਹਿ ਰਹੇ ਹਾਂ ਤਾਂ ਨਿਯਮਤ ਦੀ ਜ਼ਿੰਮੇਵਾਰੀ ਕਹਿੰਦੇ ਨੇ ਕਿ ਘਰ ਦੇ ਸੰਭ ਰਹੇ ਆ ਤੇ ਹੁਣ ਇਹ ਜ਼ਿੰਮੇਵਾਰੀ ਸੰਭ ਰਹੇ ਨੇ ਮੁੱਖ ਮੰਤਰੀ ਸਾਹਿਬ ਦੇ ਨਾਲ ਚੋਣਾਂ ਦੀ ਫਿਲਹਾਲ ਤੋਂ ਇਜਾਜ਼ਤ ਧੰਨਵਾਦ